ਕੈਨੇਡਾ ਚ ਕੁੜੀ ਸਣੇ ਤਿੰਨ ਪੰਜਾਬੀ ਨੌਜਵਾਨਾਂ ਦੀ ਮੌਤ ਨਵੇਂ ਨਵੇਂ ਕੈਨੇਡਾ ਆਈਸੀ ਨੌਜਵਾਨ ਕੈਨੇਡਾ ਵਿੱਚ ਵਰਤਿਆ ਪਾਣਾ ਪਰਿਵਾਰ ਤਾਂ ਰੋ ਰੋ ਕੇ ਬੁਰਾ ਹਲ ਕੈਨੇਡਾ ਵਿੱਚ ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਦੀ ਮੌਤ ਦਾ ਸلسਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਤਾਜ਼ਾ ਮਾਮਲੇ ਦੇ ਵਿੱਚ ਇੱਕ ਜਾਨ ਦੂ ਨਹੀਂ ਸਕੋ ਤਿੰਨ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ ਜਿਨ੍ਹਾਂ ਦੇ ਵਿੱਚ ਇੱਕ ਕੁੜੀ ਵੀ ਸ਼ਾਮਿਲ ਹੈ ਇਹਨਾਂ ਤਿੰਨਾਂ ਨੂੰ ਹੀ ਦਿਲ ਦਾ ਦੌਰਾ ਪਿਆ ਜਿਸ ਕਾਰਨ ਇਹਨਾਂ ਦੀ ਜਾਨ ਚਲੀ ਗਈ ਇਨਾਂ ਦੀ ਪਛਾਣ ਅੰਮ੍ਰਿਤਸਰ ਦੇ ਮਨਿੰਦਰਪਾਲ ਸਿੰਘ ਮਲੇਰ ਕੋਟਲਾ ਦੇ ਅਮਰਗੜ ਦੀ ਪਰਨੀਤ ਕੌਰ ਅਤੇ ਨਵਜੋਤ ਸਿੰਘ ਸੇਖੋ ਵਜੋਂ ਹੋਈ ਹੈ ਮਨਿੰਦਰਪਾਲ ਸਿੰਘ ਮਨਿੰਦਰਪਾਲ ਸਿੰਘ ਤੇ ਪਰਨੀਤ ਕੌਰ ਸਟੱਡੀ ਵੀਜ਼ਾ ਤੇ ਕੈਨੇਡਾ ਗਏ ਸੀ ਜਿੱਥੇ ਉਹਨਾਂ ਨਾਲ ਇਹ ਪਾਣਾ ਵਰਤ ਗਿਆ ਅੰਮ੍ਰਿਤਸਰ ਦੇ ਰਈਏ ਵਿੱਚ ਪੈਂਦੇ ਫਰੂਮਾਨ ਰੋਡ ਦੇ ਨਿਵਾਸੀ ਮਨਿੰਦਰਪਾਲ ਸਿੰਘ ਦੇ ਪਰਿਵਾਰ ਤੱਕ ਜਦੋਂ ਉਸ ਦੀ ਮੌਤ ਦੀ ਖਬਰ ਪੁੱਜੀ ਤਾਂ ਉਹਨਾਂ ਦੇ ਪੈਰਾ ਥੱਲੇ ਜ਼ਮੀਨ ਖਿਸਕ ਗਈ ਦੱਸਿਆ ਜਾ ਰਿਹਾ ਹੈ ਕਿ ਮਨਿੰਦਰਪਾਲ ਲਗਭਗ 3 ਮਹੀਨੇ ਪਹਿਲਾਂ ਕੈਨੇਡਾ ਗਿਆ ਸੀ ਤੇ ਬੀਤੇ ਦਿਨ ਸ਼ਾਮ ਨੂੰ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਜਿਸ ਕਾਰਨ ਉਸ ਦੀ ਜੁਆਇਨ ਚਲੀ ਗਈ ਕੁਝ ਮਹੀਨੇ ਪਹਿਲਾਂ ਹੀ ਮਨਿੰਦਰਪਾਲ ਸਿੰਘ ਦੇ ਪਿਤਾ ਮਨਜੂਦ ਸਿੰਘ ਦਾ ਕਈ ਸਾਲਾਂ ਤੱਕ ਕੈਂਸਰ ਨਾਲ ਜੂਝੜ ਮੰਗਰੋ ਦਿਹਾਂਤ ਹੋ ਗਿਆ ਸੀ ਮਨਿੰਦਰਪਾਲ ਸਿੰਘ ਦੀ ਮੌਤ ਮਗਰੋਂ ਘਰ ਦੇ ਵਿੱਚ ਉਸ ਦੀ ਪਤਨੀ ਤੇ ਦੋ ਛੋਟੇ ਬੱਚੇ ਰਹਿ ਗਏ ਨੇ ਉੱਧਰ ਕੈਲਗਰੀ ਵਿੱਚ ਰਹਿੰਦੀ ਮਲੇਰਕੂਟਲਾ ਦੇ ਅਮਰਗੜ ਦੀ ਪਰਨੀਤ कौर ਨਾਲ ਵੀ ਇਹੀ ਭਾਨ ਵਰਤਿਆ 20 ਸਾਲ ਦੀ ਪਰਨੀਤ ਕੌਰ 6 ਮਹੀਨੇ ਪਹਿਲਾਂ ਹੀ ਟਰੀ ਵੀਜ਼ਾ ਤੇ ਕੈਨੇਡਾ ਗਈ ਸੀ ਜਿੱਥੇ ਉਸ ਨਾਲ ਇੱਕ ਅਣਹੋਣੀ ਘਟਨਾ ਵਾਪਰ ਗਈ ਮ੍ਰਿਤਕ ਦੇ ਪਿਤਾ ਸਤਵੀਰ ਸਿੰਘ ਸੋਹੀ ਨੇ ਦੱਸਿਆ ਕਿ ਉਹਨਾਂ ਦੀ ਧੀ ਪਰਨੀਤ ਕੌਰ ਅਪ੍ਰੈਲ ਮਹੀਨੇ ਵਿੱਚ ਹੀ ਕੈਨੇਡਾ ਗਈ ਸੀ ਬੀਤੀ ਰਾਤ ਹੀ ਉਸ ਦੀ ਸਹੇਲੀ ਦਾ ਫੋਨ ਆਇਆ ਜਿਸ ਵਿੱਚ ਦੱਸਿਆ ਗਿਆ ਕਿ ਠੰਡ ਲੱਗਣ ਕਾਰਨ ਪਰਨੀਤ ਨੂੰ ਦਿਲ ਦਾ ਦੌਰਾ ਪੈ ਗਿਆ ਇਸ ਉੱਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਰ ਦਿੱਤਾ ਇਨਾ ਤੋਂ ਇਲਾਵਾ ਪੰਜਾਬੀ ਨੌਜਵਾਨ ਨਵਜੂਤ ਸਿੰਘ ਸੇਖੋਦੀਵੀ ਕੈਨੇਡਾ ਵਿੱਚ ਬੀਤੇ ਸੋਮਵਾਰ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ ਉਸ ਦੀ ਪਤਨੀ ਬਵਨਜੋਤ ਕੌਰ ਨੇ ਮ੍ਰਿਤਕ ਦੇ ਪੰਜਾਬ ਭੇਜਣ ਤੇ ਪਰਿਵਾਰ ਦੀ ਆਰਥਿਕ ਮਦਦ ਲਈ ਗੋ ਫੰਡਮੀ ਪੇਜ ਬਣਾਇਆ ਦੱਸਿਆ ਜਾ ਰਿਹਾ ਹੈ ਬੀਤੀ 20 ਨੰਬਰ ਨੂੰ ਨਵਜੂਤ ਨੂੰ ਅਚਾਨਕ ਸਾਇਲੈਂਟ ਹਾਰਟ ਅਟੈਕ ਆਇਆ ਜਿਸ ਕਾਰਨ ਉਸ ਦੀ ਜਾਨ ਚਲੀ ਗਈ ਦਸ ਦੇ ਹੀ ਕਿ ਕੈਨੇਡਾ ਵਿੱਚੋਂ ਪੰਜਾਬੀ ਮੁੰਡੇ ਕੁੜੀਆਂ ਨੂੰ ਭਰੀ ਜਵਾਨੀ ਵਿੱਚ ਹੀ ਦਿਲ ਦਾ ਦੌਰਾ ਪੈਣ ਦੇ ਹਰ ਰੋਜ਼ ਮਾਮਲੇ ਸਾਹਮਣੇ ਆ ਰਹੇ ਨੇ ਸੇਤ ਮਹਾਰਾ ਦਾ ਕਹਿਣਾ ਹੈ ਕਿ ਜਿਸ ਚਕਾਚੌਂਦ ਵਾਲੀ ਜ਼ਿੰਦਗੀ ਬਾਰੇ ਸੋਚ ਕੇ ਨੌਜਵਾਨ ਕੈਨੇਡਾ ਆਉਂਦੇ ਨੇ ਇੱਥੇ ਦੀ ਲਾਈਫ ਉਨੀ ਹੀ ਔਖੀ ਹੋ ਜਾਂਦੀ ਹੈ ਮੰਦੀ ਕਾਰਨ ਇਸ ਵੇਲੇ ਕੈਨੇਡਾ ਵਿੱਚ ਨੌਕਰੀਆਂ ਦੀ ਬਹੁਤ ਜ਼ਿਆਦਾ ਘਾਟ ਹੈ ਫਰੈਸ਼ਰ ਨੂੰ ਤਾਂ ਆਸਾਨੀ ਨਾਲ ਜੌਬ ਵੀ ਨਹੀਂ ਮਿਲਦੀ ਇੱਥੇ ਰਹਿਣ-ਸਹਿਣ ਦੇ ਖਰਚੇ ਪੰਜਾਬ ਵਿੱਚ ਪਰਿਵਾਰ ਵੱਲੋਂ ਚੁੱਕਿਆ ਕਰਜ਼ਾ ਉਤਾਰਨ ਦੀ ਟੈਨਸ਼ਨ ਤੇ ਪੜ੍ਹਾਈ ਦੀ ਚਿੰਤਾ ਕਰ ਨੌਜਵਾਨ ਤਣਾਅ ਵਿੱਚ ਜਾ ਰਹੇ ਨੇ ਇਸ ਸਟ्रेस ਤੇ ਤਨਹਾਈ ਹਾਰਟ ਅਟੈਕ ਦਾ ਕਾਰਨ ਬਣ ਰਹੀ ਹੈ ਤੁਹਾਡਾ ਇਸ ਘਟਨਾ ਤੇ ਕੀ ਕਹਿਣਾ ਸਾਨੂੰ ਕਮੈਂਟ ਬਾਕਸ ਚ ਜ਼ਰੂਰ ਦੱਸਿਓ ਐਸੇ ਦਰਾਂ ਦੀਆਂ ਹੋਰ ਖਬਰਾਂ ਲਈ ਸਾਡੇ ਚੈਨਲ ਦੇ ਨਾਲ ਜੁੜੇ ਰਹੋ